ਜੀ ਸਾਡੀ ਮੁਕਤਾਂ ਦੇ ਮਕਰੂ ਦੁਆਵਾਂ ਦੇ ਮੁਹਤਾਜ ਮਨ ਸ਼ਾਦ ਰਹੇ ਹੱਥੀ ਬੇੜ ਤਸੀਬ ਦੇ ਰਹੇ ਸ਼੍ਰੀ ਜਗਤ ਸਿੰਘ ਇਸ ਟਾਈਮ ਮੈਂ ਇੱਕ ਤਾਰੀਖੀ ਜਗ੍ਹਾ 'ਤੇ ਖੜ੍ਹਾ ਮੈਂ ਹੁਣ ਇਸ ਟਾਈਮ ਹਾਜ਼ਰ ਹਾਂ ਜਨਾਬ ਸਾਡੇ ਡੇਰੇ ਦੇ ਨਹੀਂ ਸਰਗੋਤ ਦੀ ਪੰਜਾਬ ਦੀ ਪਹਿਚਾਣ ਸਰਕਾਰ ਬਾਬਾ ਸ਼ਾਹ ਸੁਲਤਾਨ ਸ਼ਿਰਾਜ਼ੀ ਬਾਦਸ਼ਾਹ ਉਹਨਾਂ ਦੀ ਹੀ ਬੈਠਕ ਆਈ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਹੁਣ ਵੀ ਉਹਨੇ ਮਾਹੌਲ ਮੈਂਟੇਨ ਰੱਖਿਆ ਜਾ ਜੀ ਅਤੇ ਮੈਂ ਸੋਚਿਆ ਕਿਉਂ ਨਾ ਦੋਸਤਾਂ ਸ਼ੇਅਰ ਕਰਾਵਾਂ ਜੀ ਇਹ ਮਾਸ਼ਾਅੱਲਾ ਸਰਕਾਰ ਵਾਲੇ ਹੱਕੇ ਪਾਏ ਜੀ ਹੈ ਮਾਸ਼ਾਅੱਲਾ ਇਹ ਸ਼ਕਰ ਹਾਂ ਜੀ ਕਿਉਂਕਿ ਆਪ ਹੁੱਕਾ ਬੜੇ ਸ਼ੌਕ ਨਾਲ ਪੀਂਦੇ ਆ ਜੀ ਹੁਣ ਅੱਗੇ ਆ ਜਾਓ ਬੈਠਕ ਇਹ ਜਨਾਬ ਦਾ ਬਾਬਾ ਸ਼ਾਹ ਸੁਲਤਾਨ ਸ਼ਿਰਾਜ਼ੀ ਬਾਦਸ਼ਾਹ ਵਾਲੇ ਬਿਸਤਰਾ ਜੀ ਤਸਵੀਰ ਵੀ ਆਪ ਹੀ ਲੱਗੀ ਹੋਈ ਇਹ ਜਨਾਬ ਦਾ ਬਿਸਤਰਾ ਜੀ ਇਸ ਤਰ੍ਹਾਂ ਤਰ੍ਹਾਂ ਡੇਰੀਆਂ ਤਾਵੀਜ਼ ਸਾਰੀਆਂ ਚੀਜ਼ਾਂ ਮਹਿਫੂਜ਼ ਪਈਆਂ ਜੀ ਇਹ ਤਸਵੀਰਾਂ ਇਹ ਫਿਰ ਟਰਾਫੀਆਂ ਕੱਪ ਜਿਹੜੀ ਆਪ ਨਾਲ ਮਿਲਦਾ ਰਹੇ ਨੇਲਾਬਾਜ਼ੀ ਦੀ ਦੁਨੀਆਂ 'ਚ ਇੱਕ ਜਨਾਬ ਦਾ ਨਾਂ ਆ ਜੀ ਔਰ ਮੇਰਾ ਨਹੀਂ ਖਿਆਲ ਕਿ ਸਾਡੇ ਇਲਾਕੇ 'ਚ ਜਾਂ ਪੰਜਾਬ ਵਿੱਚ ਐਸਾ ਕੋਈ ਨਾਂ ਪੈਦਾ ਹੋਇਆ ਹੋਵੇ ਜਾਂ ਬੜੇ ਲੰਬੇ ਅਰਸੇ ਤੱਕ ਪੈਦਾ ਹੋਵੇ ਇਹ ਜਨਾਬ ਤਸਵੀਰਾਂ ਵੀ ਗਏ ਜਨਾਬ ਅਤੇ ਇਹ ਸੂਫੀ ਬਰਕਤਰੀ ਲੁਧਿਆਣਵੀ ਸਾਹਿਬ ਦੀ ਤਸਵੀਰ ਜੀ ਬਾਬਾ ਜੀ ਸਰਕਾਰ ਦੀ ਅਤੇ ਸੂਫੀ ਬਰਕਤ ਅਲੀ ਲੁਧਿਆਣਵੀ ਸਾਹਿਬ ਦੀ ਤਸਵੀਰ ਹੈ ਨਜ਼ਦੀਕ ਕਰਕੇ ਵਿਖਾਓ ਜੀ ਜ਼ਰਾ ਉਹ ਉੱਤੇ ਵੀ ਬਾਬਾ ਜੀ ਸਰਕਾਰ ਸੂਫੀ ਬਰਕਤ ਅਲੀ ਲੁਧਿਆਣਵੀ ਸਾਹਿਬ ਜੀ ਆਪ ਕਈ ਲੋਕਾਂ ਨਹੀਂ ਪਤਾ ਫੈਸਲਾਬਾਦ ਤੋਂ ਸੂਫੀ ਸਲਾਰ ਵਾਲਾ ਬੋਲਦੇ ਜੀ ਇਹਦੇ ਵੀ ਤਸਵੀਰ ਆ ਜੀ ਸੂਫੀ ਬਰਕਤ ਅਲੀ ਲੁਧਿਆਣਵੀ ਸਾਹਿਬ ਬਾਬਾ ਜੀ ਸਰਕਾਰ ਦਾਰੁਲ ਅਹਿਸਾਨ ਸਮੁੰਦਰੀ ਰੋਡ ਫੈਸਲਾਬਾਦ ਜੀ ਇਸੇ ਤਰ੍ਹਾਂ ਆਪ ਦੀਆਂ ਜਨਾਬ ਪੀਰ ਸੈਦ ਸਖੀ ਸੁਲਤਾਨ ਸ਼ਾਹ ਸੁਲਤਾਨ ਸ਼ਿਰਾਜ਼ੀ ਬਾਦਸ਼ਾਹ ਇਹ ਸਾਰੇ ਜਨਾਬ ਦੀ ਤਸਵੀਰਾਂ ਪਈਆਂ ਜੀ ਇਹ ਜਨਾਬ ਦੀ ਘੋੜੇ ਤਸਵੀਰ ਹੈ ਉਹ ਘੋੜਾ ਤਸਵੀਰ ਹੈ ਜੀ ਇਹ ਬੜੀ ਖੂਬਸੂਰਤ ਬੈਠਕ ਹੈ ਜੀ ਇੱਕ ਤਾਰੀਖ ਵਾਬਸਤਾ ਜੀ ਕਈ ਇੱਥੇ ਅਸਵਾਰ ਅੰਦਰ ਹੈ ਕਈ ਸਿਆਸੀ ਸ਼ਖਸੀਅਤਾਂ ਆਉਂਦੀਆਂ ਰਹੀਆਂ ਕਈ ਇਲਾਕੇ ਦੇ ਨਾਮ ਵਰ ਲੋਕ ਇੱਥੇ ਅੰਦਰ ਹੈ ਬਾਬੇ ਜੀ ਕੋਲ ਰਾਤੀ ਜ਼ਹਿਰ ਬਾਤ ਇੱਥੇ ਤਾਂ ਅਜੀਬ ਜਿਹਾ ਮਾਹੌਲ ਹੁੰਦਾ ਸੀ ਜਿਹੜਾ ਮੈਂ ਕੋਈ ਨਾ ਕੋਈ ਰਾਨੀ ਤੌਰ 'ਤੇ ਮਹਿਸੂਸ ਹੁੰਦਾ ਜਾ ਰਿਹਾ ਗਿਆ ਤਖੈਲ ਦੀ ਦੁਨੀਆਂ 'ਚ ਇੱਥੇ ਕਿਸ ਤਰ੍ਹਾਂ ਦਾ ਸਮਾਂ ਉਸ ਰਾਤ ਨੂੰ ਜਦੋਂ ਸਰਕਾਰ ਵਾਲੇ ਇੱਥੇ ਆਪਣੇ ਬਿਸਕਟ ਹੁੰਦੇ ਆ ਜੀ ਇਸੇ ਤਰ੍ਹਾਂ ਜੀ ਕਿਤੇ ਆ ਜਾਓ ਕੱਪ ਹੈ ਜੀ ਇਹ ਕੱਪ ਹੈ ਜੀ ਇਹ ਕੱਪ ਹੈ ਇਹ ਟਰਾਫੀਆਂ ਪਈਆਂ ਜੀ ਕੱਪ ਹੈ ਨੇਦਾਬਾਦ ਦੀ ਬੜੀ ਜੈਤ ਮੰਡੀ ਬਉਦੀਨ ਮਹਿਮਾਨੇ ਖਸੂਸੀ 28-27 ਮਾਰਚ 2018 ਇਹ ਮੁਖਤਲਿਫ ਜਿਹੜੇ ਹੁੰਦੇ ਨੇ ਜੀ ਨੇਦਾਬਾਦ ਜੀ ਉਹ ਬੱਚੇ ਵਾਸਤੇ ਸਾਹਿਬਜ਼ਾਦੇ ਹਨ ਸ਼ਨਾਵਰ ਸੁਲਤਾਨ ਸਾਹਿਬ ਮੁਹੰਮਦ ਅਲੀ ਅਲ ਮਾਰੂਫ ਸ਼ਨਾਵਰ ਸੁਲਤਾਨ ਸਾਹਿਬ ਉਹ ਫਿਰ ਤਸ਼ਰੀਫ ਲੈ ਜਾਂਦੇ ਨੇ ਜੀ ਅਤੇ ਮਾਸ਼ਾਅੱਲਾ ਉਹਨਾਂ ਵੀ ਆਪਣੇ ਅਬਾਓ ਅਜਦਾਦ ਦੀ ਰਵਾਇਤ ਨੂੰ ਕਾਇਮ ਰੱਖਿਆ ਹੋਇਆ ਜੀ ਅਤੇ ਵਾਰ ਵਾਰ ਦਿਲ ਚਾਹ ਰਿਹਾ ਕਿ ਇੱਥੋਂ ਮੈਂ ਨਜ਼ਾਰੇ ਦਿਖਾਉਂਦਾ ਰਹਾਂ ਜੀ ਅਤੇ ਖੁਦ ਵੀ ਜ਼ਿਆਦਾ ਜ਼ਿਆਦਾ ਇੱਥੇ ਆਪਣਾ ਟਾਈਮ ਗੁਜ਼ਾਰਾਂ ਲੇਕਿਨ ਫਿਰ ਹਾਲਾਤ ਦੀ ਜਾਂ ਵਕਤ ਦੀਆਂ ਮਜਬੂਰੀਆਂ ਜੀ ਦਿਲ ਖੁਸ਼ ਹੋਇਆ ਮਾਸ਼ਾਅੱਲਾ ਹੈ ਅਲਮਾਰੀ ਜੀ ਇਸ ਵਿੱਚ ਮੁਖਲਿਫ ਚੀਜ਼ਾਂ ਪਈਆਂ ਜੀ ਟਰਾਫੀਆਂ ਵੀ ਗਿਆ ਅਤੇ ਅੰਦਰ ਬਹੁਤ ਕੁਝ ਸਮਾਨ ਪਿਆ ਜੀ ਸ਼ਾਇਦ ਕੈਮਰੇ ਦੀ ਅੱਖ ਜਿਹੜੀ ਉਹ ਨਕਾਇਸ਼ ਕਰ ਸਕੇ ਜੀ ਲੇਕਿਨ ਮਾਸ਼ਾਅੱਲਾ ਜੀ ਅੱਲਾਹ ਤਾਲਾ ਜੀ ਨੇ ਚੀਜ਼ਾਂ ਸੰਭਾਲੀ ਉਹਨਾਂ ਦੇ ਜਲਦ ਸਲਾਮਤ ਰੱਖੇ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ ਦਿਲ ਖੁਸ਼ ਹੋਇਆ ਜੀ ਐਸੇ ਲੋਕ ਇਲਾਕੇ ਦੀ ਪਹਿਚਾਣ ਹੁੰਦੇ ਨੇ ਵਸੇਬ ਦੀ ਪਹਿਚਾਣ ਹੁੰਦੇ ਨੇ ਤਾਰਫ ਹੁੰਦਾ ਅਸਾਂ ਬੇਰੇ ਦੇ ਵਸਨੀਕ ਜਿੱਥੇ ਵੀ ਜਾਂਦੇ ਹਾਂ ਸਾਡੀ ਪਹਿਚਾਣ ਜਨਾਬ ਸ਼ਾਹ ਸੁਲਤਾਨ ਸ਼ਿਰਾਜ਼ੀ ਸਾਹਿਬ ਦੇ ਨਾਂ ਤੋਂ ਹੁੰਦੀ ਜਿਹੜੀ ਸੱਚੀ ਬਾਤ ਹੈ ਜੀ ਉਹਨਾਂ ਦੇ ਸਾਹਿਬਜ਼ਾਦੇ ਮੁਹੰਮਦ ਅਲੀ ਅਲ ਮਾਰੂਫ ਸ਼ਨਾਵ ਸੁਲਤਾਨ ਸਾਹਿਬ ਇੰਤਹਾਈ ਪਿਆਰ ਕਰਨ ਵਾਲੇ ਲੋਕ ਨੇ ਜੀ ਅੱਲਾਹ ਤਾਲਾ ਉਹਨਾਂ ਦੀ ਉਮਰ ਦਰਾਜ਼ ਫਰਮਾਏ ਜੀ ਉਹਨਾਂ ਆਪਣੇ ਦੁਨੀਆਂ ਦੀ ਨਸੀਹਤ ਨਹੀਂ ਸੀ ਸੰਭਾਲਿਆ ਹੋਇਆ ਜੀ ਅਤੇ ਬੜਾ ਖੂਬਸੂਰਤ ਅੰਦਾਜ਼ ਨਾਲ ਸੰਭਾਲਿਆ ਨਾ ਜੀ